ਜਿਸ ਦੇ ਵਿੱਚ ਟ੍ਰੇਡ ਯੂਨੀਅਨ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਚੁੱਕੀ ਜਾ ਰਹੀ ਹੈ ਕੇਂਦਰ ਸਰਕਾਰ ਦੇ ਖਿਲਾਫ। ਕੇਂਦਰ ਸਰਕਾਰ ਵੱਲੋਂ ਜੋ ਤਾਨਾਸ਼ਾਹੀ ਕੀਤੀ ਜਾ ਰਹੀ ਹੈ, ਕਾਲੇ ਕਾਨੂੰਨ ਲਿਆਉਂਦੇ ਜਾ ਰਹੇ ਹੈ, ਕਿਸਾਨਾਂ ਨਾਲ ਮਜ਼ਦੂਰਾਂ ਨੂੰ ਵੀ ਜਿਹੜਾ ਇਸਦਾ ਡਰ ਸਤਾਉਣ ਲੱਗ ਗਿਆ ਕਿ ਸਾਡੇ ਉੱਤੇ ਵੀ ਜਿਹੜੀ ਹੈ ਦੁਬਾਰਾ ਤੋਂ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਊਗੀ। ਇਹ ਵੀਰ ਜੀ ਸਾਰਿਆਂ 'ਤੇ ਇਹਦਾ ਅਸਰ ਪੈਣਾ, ਮਜ਼ਦੂਰਾਂ 'ਤੇ ਵੀ ਪੈਣਾ, ਕਿਸਾਨਾਂ 'ਤੇ ਵੀ ਪੈਣਾ, ਖੇਤ ਮਜ਼ਦੂਰਾਂ 'ਤੇ ਵੀ ਪੈਣਾ, ਦੁਕਾਨਦਾਰਾਂ 'ਤੇ ਵੀ ਪੈਣਾ ਔਰ ਨਾਲ ਹੀ ਇੰਡਸਟਰੀ, ਛੋਟੀ ਇੰਡਸਟਰੀ ਬਰਬਾਦ ਹੋਏਗੀ। ਇਹਨਾਂ ਨੇ ਕਦੀ ਪਬਲਿਕ ਬਾਰੇ ਸੋਚਿਆ ਨਹੀਂ ਭਾਈ ਮਜ਼ਦੂਰ ਕੀ ਕਰੇਗਾ, ਕੱਲ੍ਹ ਨੂੰ ਰੋਟੀ ਖਾ ਵੀ ਸਕਦਾ ਕਿ ਨਹੀਂ ਖਾ ਸਕਦਾ। ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜੇ ਲਗਾਤਾਰ ਸੰਘਰਸ਼ ਜਾਰੀ ਨੇ, ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਔਰ ਕਿਸਾਨਾਂ ਦੀ ਫਸਲ, ਜਿਹੜੀ ਕਿਸਾਨਾਂ ਦੀ ਫਸਲ ਹੈ ਉਹਦਾ MSP ਖਤਮ ਕਰਕੇ ਜਿਹੜਾ ਕਿ ਸਟੋਕ ਸਰਕਾਰ ਦੇ ਕੋਲ ਰਹਿੰਦਾ ਉਹ ਖਤਮ ਹੋ ਜਾਏਗਾ, ਉਹਦੇ ਨਾਲ ਰਾਸ਼ਨ ਕਾਰਡ, ਦੂਜਾ ਰਾਸ਼ਨ ਵੰਡ ਪ੍ਰਣਾਲੀ ਤਹਿਸ਼ ਨਹਿਸ਼ ਹੋ ਜਾਏ। 1886 ਵਾਲਾ ਫਾਰਮੂਲਾ 12-12 14-14 ਘੰਟੇ ਵਾਲੀ ਦਿਹਾੜੀ ਲਾਗੂ ਕਰਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਜਾ ਰਿਹਾ। ਓਲਡ ਪੈਨਸ਼ਨ ਸਕੀਮ ਜਿਹੜੀ ਇੱਕ ਸੋਸ਼ਲ ਸਿਕਿਉਰਿਟੀ ਸੀ ਜਿਸ ਨੂੰ ਸਰਕਾਰ ਨੇ ਬੰਦ ਕਰ ਦਿੱਤਾ, ਇਸ ਸੋਸ਼ਲ ਸਿਕਿਉਰਿਟੀ ਨੂੰ ਦੁਬਾਰਾ ਬਹਾਲ ਕਰਕੇ ਓਲਡ ਪੈਨਸ਼ਨ, ਨਵੀਂ ਪੈਨਸ਼ਨ ਸਕੀਮ ਦੀ ਜਗ੍ਹਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਅਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਭਾਰਤ ਨਗਰ ਚੌਂਕ ਦੇ ਵਿੱਚ ਟ੍ਰੇਡ ਯੂਨੀਅਨ ਦੇ ਵੱਲੋਂ ਜਿਹੜਾ ਹੜਤਾਲ ਕੀਤੀ ਜਾਣੀ ਸੀ ਅਤੇ ਇਕੱਠ ਕੀਤਾ ਜਾਣਾ ਸੀਗਾ ਟ੍ਰੇਡ ਯੂਨੀਅਨ ਦੇ ਵੱਲੋਂ, ਦੇਸ਼ ਵਿਆਪੀ ਜਿਹੜੇ ਹੜਤਾਲ ਚੱਲਣੀ ਸੀਗੀ। ਤਸਵੀਰਾਂ ਤੁਹਾਨੂੰ ਭਾਰਤ ਨਗਰ ਚੌਂਕ ਦੇ ਵਿੱਚ ਦਿਖਾ ਰਹੇ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ। ਵਾਟਰ ਕੈਨਨ ਗੰਨ ਵੀ ਮੌਜੂਦ ਹੈ, ਪਿੱਛੇ ਵਾਟਰ ਕੈਨਨ ਗੰਨ ਵੀ ਮੌਜੂਦ ਹੈ ਔਰ ਮਜ਼ਦੂਰਾਂ ਦੇ ਵੱਲੋਂ ਜਿਹੜਾ ਹੈ ਇਕੱਠ ਕੀਤਾ ਗਿਆ ਹੈ। ਦੋ ਜਗ੍ਹਾ ਤੋਂ ਮਜ਼ਦੂਰਾਂ ਦਾ ਜਿਹੜਾ ਇਕੱਠਾ ਹੋ ਕੇ ਜਿਹੜਾ ਹੈ ਟ੍ਰੇਡ ਯੂਨੀਅਨ ਦਾ ਇਕੱਠਾ ਹੋ ਕੇ ਭਾਰਤ ਨਗਰ ਚੌਂਕ ਦੇ ਵਿੱਚ ਜਿਹੜਾ ਇਕੱਠੇ ਹੋਣਾ ਸੀ। ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਟ੍ਰੇਡ ਯੂਨੀਅਨ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ ਚੁੱਕੀ ਜਾ ਰਹੀ ਹੈ, ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਦੂਜੇ ਪਾਸੇ ਜਿਹੜੀ ਇੱਕ ਹੋਰ ਜਥੇਬੰਦੀ ਜਿਹੜੀ ਬੈਠੀ ਹੈ ਉਹ ਵੀ ਭਾਰਤ ਨਗਰ ਚੌਂਕ ਦੇ ਵਿੱਚ ਆ ਕੇ ਇਕੱਠੇ ਹੋਣਗੇ। ਤੁਸੀਂ ਤਸਵੀਰਾਂ ਦੇਖ ਰਹੇ ਹੋ ਲਗਾਤਾਰ। ਸੋ ਤੁਸੀਂ ਦੇਖ ਸਕਦੇ ਹੋ ਹਜੂਮ ਜਿਹੜਾ ਹੈ, ਮਜ਼ਦੂਰਾਂ ਦਾ ਹਜੂਮ ਜਿਹੜਾ ਹੈ ਕਿੰਨੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਮੌਜੂਦ ਹੈ। ਕੇਂਦਰ ਸਰਕਾਰ ਦੇ ਖਿਲਾਫ ਹਰ ਵਰਗ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ, ਮਜ਼ਦੂਰ ਔਰ ਹੋਰ ਬਾਕੀ ਜਿਹੜੇ ਇੰਪਲੋਈਜ਼ ਨੇ ਉਹਨਾਂ ਦੇ ਵੱਲੋਂ ਜਿਹੜਾ ਪ੍ਰੋਟੈਸਟ ਜਿਹੜਾ ਹੈ ਲਗਾਤਾਰ ਜਾਰੀ ਹੈ। ਕਿਤੇ ਹੜਤਾਲ ਹੋ ਰਹੀ ਹੈ, ਕਿਤੇ ਪ੍ਰਦਰਸ਼ਨ ਹੋ ਰਹੇ ਨੇ, ਕੇਂਦਰ ਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ਾਂ ਚੱਕੀਆਂ ਜਾ ਰਹੀਆਂ ਨੇ। ਤਸਵੀਰਾਂ ਜਿਹੜੀਆਂ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭਾਰਤ ਨਗਰ ਚੌਂਕ ਤੋਂ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਵਾਸੀਆਂ ਦੇ ਲਈ ਕਿ ਲੁਧਿਆਣੇ ਦੇ ਵਿੱਚ ਮਜ਼ਦੂਰਾਂ ਵੱਲੋਂ ਜਿਹੜੀ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਔਰ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੇਂਦਰ ਦੀ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ
ਕਾਲੇ ਕਾਨੂੰਨਾਂ ਨੂੰ ਵੀ ਵਾਪਸ ਲਿਆ ਜਾਵੇ ਜੋ ਕਾਲੇ ਕਾਨੂੰਨ ਕੇਂਦਰ ਸਰਕਾਰ ਵਾਰ ਵਾਰ ਲੈ ਕੇ ਆ ਰਹੀ ਹੈ ਔਰ ਕਿਸਾਨਾਂ ਦੇ ਹੱਕ ਵਿੱਚ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਭਾਰਤ ਨਗਰ ਚੌਂਕ ਦੇ ਵਿੱਚੋਂ ਸੋ ਤੁਸੀਂ ਕੱਟ ਦੇਖ ਸਕਦੇ ਹੋ ਕਿ ਇੱਥੇ ਜਾਮ ਲਗਾ ਦਿੱਤਾ ਗਿਆ ਹੈ ਪ੍ਰਦਰਸ਼ਨ ਜਾਰੀ ਹੈ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਚੁੱਕਿਆ ਹੈ ਔਰ ਤੁਸੀਂ ਨੰਬਰਿੰਗ ਦੇ ਵਿੱਚ ਦੇਖ ਸਕਦੇ ਹੋ ਇੱਥੇ ਸਾਈਕਲਾਂ ਦੇ ਉੱਤੇ ਵੀ ਮਜ਼ਦੂਰ ਪਹੁੰਚੇ ਨੇ ਸੋ ਇਹ ਤਸਵੀਰਾਂ ਸਾਡੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਮਜ਼ਦੂਰਾਂ ਦੇ ਏਕਤਾ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜਿਹੜੇ ਹੈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਔਰ ਲਗਾਤਾਰ ਕੇਂਦਰ ਦੀ ਸਰਕਾਰ ਵੱਲੋਂ ਜਿਹੜੇ ਹੈ ਕਾਨੂੰਨ ਲਿਆਉਂਦੇ ਜਾ ਰਹੇ ਨੇ ਜੋ ਅਮੈਂਡਮੈਂਟਸ ਕੀਤੀਆਂ ਜਾ ਰਹੀਆਂ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈ ਸਰ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਰੀਜ਼ਨ ਕੀ ਹੈ ਜੀ ਰੀਜ਼ਨ ਅੱਜ ਜਿਹੜਾ ਮੋਦੀ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਨੇ ਔਰ 44 ਕਿਰਤ ਕਾਨੂੰਨਾਂ ਦੇ ਸੋਧਾਂ ਕਰਕੇ 4 ਜਿਹੜੇ ਕੋਡ ਬਣਾਏ ਨੇ ਜਿਹਦੇ ਨਾਲ ਮਜ਼ਦੂਰ ਜਮਾਤ ਦਾ ਮਤਲਬ ਨੁਕਸਾਨ ਹੈ ਉਹਦੀਆਂ ਸਹੂਲਤਾਂ ਜਿੰਨੀਆਂ ਉਹ ਸਾਰੀਆਂ ਘੱਟ ਹੋ ਜਾਣਗੀਆਂ ਔਰ ਪੂੰਜੀਪਤੀਆਂ ਨੂੰ ਰਾਹਤ ਮਿਲੇਗੀ ਇਹ 'ਚ 12 ਘੰਟੇ ਦੀ ਡਿਊਟੀ ਜਿਹੜੀ ਪਹਿਲਾਂ 8 ਘੰਟੇ ਦੀ ਡਿਊਟੀ ਉਹਨੂੰ 12 ਘੰਟੇ ਦੀ ਕੀਤਾ ਜਾ ਰਿਹਾ ਔਰ ਸਾਰਾ ਬੋਨਸ ਛੁੱਟੀਆਂ ਹਾਜ਼ਰੀ ਮਤਲਬ ਸਿਹਤ ਸਹੂਲਤਾਂ ਸਭ ਕੁਝ ਖੋਇਆ ਜਾ ਰਿਹਾ ESI ਪ੍ਰੋਵੀਡੈਂਟ ਫੰਡ ਸਭ ਕੁਝ ਇਹਦੇ ਲੁਕ ਜਾਣਾ ਮਤਲਬ ਜਿਹੜਾ ਜਦੋਂ ਮਰਜ਼ੀ ਫੈਕਟਰੀ ਨੂੰ ਬੰਦ ਕਰ ਸਕਦਾ ਪੂੰਜੀਪਤੀ ਜਦੋਂ ਮਰਜ਼ੀ ਚਲਾ ਸਕਦਾ ਆਪਣੀ ਮਰਜ਼ੀ ਨਾਲ ਕੰਮ ਲਵੇਗਾ ਉਹੀ 1886 ਵਾਲਾ ਫਾਰਮੂਲਾ 12-12 14-14 ਘੰਟੇ ਵਾਲੀ ਦਿਹਾੜੀ ਲਾਗੂ ਕਰਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਜਾ ਰਿਹਾ ਜਿਹਦੇ ਨਾਲ 130 ਕਰੋੜ ਲੋਕਾਂ ਦੇ ਉੱਤੇ ਅਸਰ ਪਏਗਾ ਉੱਧਰ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਔਰ ਕਿਸਾਨਾਂ ਦੀ ਫਸਲ ਜਿਹੜੀ ਕਿਸਾਨਾਂ ਦੀ ਫਸਲ ਹੈ ਉਹਦਾ MSP ਖਤਮ ਕਰਕੇ ਜਿਹੜਾ ਕਿ ਸਟੋਕ ਸਰਕਾਰ ਦੇ ਕੋਲ ਰਹਿੰਦਾ ਉਹ ਖਤਮ ਹੋ ਜਾਏਗਾ ਉਹਦੇ ਨਾਲ ਰਾਸ਼ਨ ਕਾਰਡ ਦੂਜਾ ਰਾਸ਼ਨ ਵੰਡ ਪ੍ਰਣਾਲੀ ਤਹਿਸ਼ ਨਹਿਸ਼ ਹੋ ਜਾਏਗੀ ਕੇਂਦਰ ਸਰਕਾਰ ਵੱਲੋਂ ਜੋ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਕਾਲੇ ਕਾਨੂੰਨ ਲਿਆਉਂਦੇ ਜਾ ਰਹੇ ਹੈ ਕਿਸਾਨਾਂ ਨਾਲ ਮਜ਼ਦੂਰਾਂ ਨੂੰ ਵੀ ਜਿਹੜਾ ਇਸਦਾ ਡਰ ਸਤਾਉਣ ਲੱਗ ਗਿਆ ਕਿ ਸਾਡੇ ਉੱਤੇ ਵੀ ਜਿਹੜੀ ਹੈ ਦੁਬਾਰਾ ਤੋਂ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਊਗੀ ਇਹ ਵੀਰ ਜੀ ਸਾਰਿਆਂ 'ਤੇ ਇਹਦਾ ਅਸਰ ਪੈਣਾ ਮਜ਼ਦੂਰਾਂ 'ਤੇ ਵੀ ਪੈਣਾ ਕਿਸਾਨਾਂ 'ਤੇ ਵੀ ਪੈਣਾ ਖੇਤ ਮਜ਼ਦੂਰਾਂ 'ਤੇ ਵੀ ਪੈਣਾ ਦੁਕਾਨਦਾਰਾਂ 'ਤੇ ਵੀ ਪੈਣਾ ਔਰ ਨਾਲ ਹੀ ਇੰਡਸਟਰੀ ਛੋਟੀ ਇੰਡਸਟਰੀ ਬਰਬਾਦ ਹੋਏਗੀ ਟਰਾਂਸਪੋਰਟ ਜਿਹੜੀ ਛੋਟੀ ਟਰਾਂਸਪੋਰਟ ਹੈ ਉਹ ਪੂਰੀ ਬਰਬਾਦ ਹੋਏਗੀ ਕਾਰਪੋਰੇਟ ਪ੍ਰਬੰਧ ਹੋਏਗਾ ਕਾਰਪੋਰੇਟ ਆਪਣੀ ਮਰਜ਼ੀ ਨਾਲ ਚਲਾਉਣਗੇ ਔਰ ਵੱਡੇ ਵੱਡੇ ਫਾਰਮ ਬਣਾਉਣਗੇ ਯੂਰਪ ਕੰਟਰੀਆਂ ਵਾਲਾ ਸਿਸਟਮ ਜਿਹੜੀਆਂ ਡੰਕਲ ਤਜਵੀਜ਼ਾਂ ਨੇ 1991 'ਚ ਬਣਾਈਆਂ ਗੈਟ ਸਮਝੌਤੇ ਦੇ ਤਹਿਤ ਉਹਨਾਂ ਨੂੰ ਲਾਗੂ ਕਰਕੇ ਦੇਸ਼ ਦਾ ਸਾਰਾ ਸਟਰਕਚਰ ਬਦਲਿਆ ਜਾ ਰਿਹਾ ਔਰ ਇਹਦੇ ਨਾਲ ਪੂਰੇ ਹਿੰਦੁਸਤਾਨ ਦੇ ਗੁਲਾਮ ਦੁਬਾਰਾ ਲੋਕ ਗੁਲਾਮ ਹੋਣ ਜਾ ਰਹੇ ਨੇ ਜਿੱਦਾਂ ਈਸਟ ਇੰਡੀਆ ਕੰਪਨੀ ਆਈ ਸੀ ਉਹੀ ਹਾਲਤ ਕੀਤਾ ਜਾ ਰਿਹਾ ਔਰ ਫਿਰਕਾ ਪ੍ਰਸਤੀ ਦਾ ਸਹਾਰਾ ਲੈ ਕੇ ਲੋਕਾਂ ਨੂੰ ਵੰਡਿਆ ਜਾ ਰਿਹਾ ਜਾਤਾਂ 'ਚ ਧਰਮਾਂ 'ਚ ਗੋਤਾਂ 'ਚ ਇਲਾਕਿਆਂ 'ਚ ਜਦਕਿ ਦੇਸ਼ ਦੇ ਲੋਕਾਂ ਦੀ ਏਕਤਾ ਵਧਣੀ ਚਾਹੀਦੀ ਹੈ ਇਹ ਦੇਸ਼ ਦੇ ਲੋਕਾਂ ਦੀ ਏਕਤਾ ਨੂੰ ਸੂਬਿਆਂ ਦੇ ਆਧਾਰ 'ਤੇ ਜਾਤਾਂ ਦੇ ਆਧਾਰ 'ਤੇ ਗੋਤਾਂ ਦੇ ਆਧਾਰ 'ਤੇ ਇਹਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਵੀ ਤੁਹਾਡਾ ਕੀ ਵਿਚਾਰ ਨੇ ਜਿਹੜੀ ਕੇਂਦਰ ਦੀ ਸਰਕਾਰ ਜਿਹੜੀ ਕਾਨੂੰਨ ਲੈ ਕੇ ਆ ਰਹੀ ਹੈ ਕਾਰਪੋਰੇਟ ਦੇ ਘਰਾਣਿਆਂ ਦੇ ਹੱਕਾਂ ਦੇ ਵਿੱਚ ਲੈ ਕੇ ਆ ਰਹੀ ਆ ਤੁਹਾਡੇ ਕੀ ਵਿਚਾਰ ਕੀ ਨੇ ਇਸ 'ਤੇ ਜਿਹੜੀ ਕਾਮਨਿਸਟ ਸੰਸਥਾ ਹੈ ਕਾਮਨਿਸਟ ਸੰਸਥਾ ਨੇ ਕੁਰਬਾਨੀਆਂ ਦਿੱਤੀਆਂ ਨੇ ਇਹ ਲੋਕ ਸਾਡੀਆਂ ਕੁਰਬਾਨੀਆਂ 'ਤੇ ਮਰਿਆਂ ਦੇ ਛਾਤੀ 'ਤੇ ਬਹਿ ਕੇ ਰਾਜ ਕਰ ਰਹੇ ਹੈ
ਇਹ ਨਹੀਂ ਚਾਹੀਦਾ। ਇਹਨਾਂ ਨੇ ਕਿਸੇ ਨੂੰ ਹੱਕ ਨਹੀਂ ਦਿੱਤਾ, ਇਹਨਾਂ ਨੇ ਕਿਸੇ ਨੂੰ ਹੱਕ ਨਹੀਂ ਦਿੱਤਾ। ਸਹੀ ਕਿਸਾਨਾਂ ਨੂੰ ਕੋਈ ਦਿੱਤਾ ਅੱਜ ਤੱਕ? ਦੱਸੋ ਮਜ਼ਦੂਰਾਂ ਨੂੰ ਕੀ ਮਿਲਿਆ? ਸਾਰਾ ਦਿਨ ਵਿਚਾਰੇ ਮਿਹਨਤ ਕਰਦੇ ਨੇ, 700 ਰੁਪਈਆ ਹੋਣਾ ਚਾਹੀਦਾ ਉਹਨਾਂ ਦਾ, 500 ਤਾਂ ਹੋਏ ਕਮ ਸੇ ਕਮ, 700 ਟ੍ਰੇਡਮੈਨ ਪਿਸਦੇ ਆ ਰਹੇ ਨੇ ਤਾਂ ਦੁਬਾਰਾ ਫਿਰ ਪਿਸਦੇ ਨਜ਼ਰ ਆਉਣਗੇ ਜੇ ਦੁਬਾਰਾ ਕਾਨੂੰਨ। ਬਿਲਕੁਲ ਬਿਲਕੁਲ ਇਹੀ ਗੱਲ ਹੈ, ਇਹਨਾਂ ਮਜ਼ਦੂਰਾਂ ਦੇ ਬਾਰੇ ਸੋਚਣਾ ਚਾਹੀਦਾ। ਸਰਮਾਏਦਾਰ ਦੇ ਸਰਮਾਏਦਾਰ ਨੇ, ਇਹ ਸਰਕਾਰ ਹੀ ਸਰਮਾਏਦਾਰਾਂ ਦੀ, ਇਹ ਜਦੋਂ ਆਉਂਦੇ ਨੇ ਇਹਨਾਂ ਦਾ ਕੰਮ ਹੀ ਇਹੀ ਹੈ। ਇਹਨਾਂ ਨੇ ਕਦੀ ਪਬਲਿਕ ਬਾਰੇ ਸੋਚਿਆ ਨਹੀਂ, ਬਾਈ ਮਜ਼ਦੂਰ ਕੀ ਕਰੇਗਾ, ਕੱਲ੍ਹ ਨੂੰ ਰੋਟੀ ਖਾ ਵੀ ਸਕਦਾ ਕਿ ਨਹੀਂ ਖਾ ਸਕਦਾ? ਦੂਜੇ ਪਾਸੇ ਕਹਿੰਦੇ ਸਰਕਾਰ ਕਹਿੰਦੀ ਹੈ ਕਿ ਅਸੀਂ ਆਪਦੇ ਅੜੀਅਲ ਰਵੱਈਆ ਐਵੇਂ ਰੱਖਾਂਗੇ, ਅਸੀਂ ਅੜੇ ਹੋਏ ਹਾਂ ਵੀ ਇਹ ਕੋਈ ਕਾਨੂੰਨ ਵਾਪਸ ਨਹੀਂ ਹੋਣਾ ਅਤੇ ਚਾਹੇ ਕੋਈ ਵੀ ਆਵਾਜ਼ ਚੱਕੀ ਜਾਵੇ। ਪਰ ਇਹ ਹੈ ਕਿ ਜਨਤਾ ਜਦੋਂ, ਅਸੀਂ ਤਾਂ ਕਹਿੰਦੇ ਹਾਂ ਜਨਤਾ ਇਕੱਠੀ ਹੋ ਜਾਏ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਕਿਸੇ ਵੀ ਸੰਸਥਾ ਨੂੰ ਬਿਲੋਂਗ ਕਰਦੀ ਹੈ, ਉਹ ਇਕੱਠੀ ਹੋ ਜਾਏ। ਇਹ ਇਹਨਾਂ ਦਾ ਕੀ ਹੈ, ਜਦੋਂ ਮਰਜ਼ੀ ਪਬਲਿਕ ਲਾ ਸਕਦੀ ਥੱਲੇ, ਪਬਲਿਕ ਜਦੋਂ ਮਰਜ਼ੀ ਇਹਨਾਂ ਨੂੰ ਲਾ ਸਕਦੀ ਥੱਲੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਹੈ ਠਾਠਾ ਮਾਰਦਾ ਇਕੱਠ ਜਿਹੜਾ ਹੈ ਮਜ਼ਦੂਰਾਂ ਦੇ ਨਾਲ, ਜਿਹੜਾ ਹੈ ਸੰਘਰਸ਼ ਦੇ ਲਈ ਯੂਨੀਅਨਸ ਇਕੱਠੀਆਂ ਹੋ ਰਹੀਆਂ ਨੇ। ਔਰ ਇਹ ਤਸਵੀਰਾਂ ਤੁਹਾਨੂੰ ਭਾਰਤ ਨਗਰ ਚੌਂਕ ਤੋਂ ਦਿਖਾ ਰਹੇ ਹਾਂ ਅਸੀਂ। ਕੇਂਦਰੀ ਟ੍ਰੇਡ ਯੂਨੀਅਨ ਦੇ ਵੱਲੋਂ ਜਿਹੜਾ ਹੈ ਅੱਜ ਹੜਤਾਲ ਕੀਤੀ ਜਾਣੀ ਸੀ ਅਤੇ ਮੋਦੀ ਸਰਕਾਰ ਦੇ ਖਿਲਾਫ, ਕੇਂਦਰ ਦੀ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀਗਾ, ਅਤੇ ਮਜ਼ਦੂਰ ਕਿਸਾਨ ਔਰ ਮੁਲਾਜ਼ਮ ਜਿਹੜੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਔਰ ਕਾਰਪੋਰੇਟ ਘਰਾਣਿਆਂ ਨੂੰ ਜੋ ਕੇਂਦਰ ਦੀ ਸਰਕਾਰ ਵੱਲੋਂ ਜਿਹੜੇ ਹੈ ਮੁਨਾਫੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਲਈ ਮੁਨਾਫੇ ਦੇ ਲਈ ਕਾਨੂੰਨ ਲਿਆਉਂਦੇ ਜਾ ਰਹੇ ਨੇ, ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਜਾ ਰਹੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰੋਸ ਹੈ ਇਹਨਾਂ ਦੇ ਵਿੱਚ ਕਿ ਕੇਂਦਰ ਦੀ ਸਰਕਾਰ ਦੇ ਖਿਲਾਫ ਜਿਹੜੇ ਲਗਾਤਾਰ ਸੰਘਰਸ਼ ਜਾਰੀ ਨੇ। ਇੱਕ ਪਾਸ ਇਹ ਇਕੱਲੇ ਇੱਕ ਵਰਗ ਦੀ ਗੱਲ ਨਹੀਂ ਦਿਖਾ ਰਹੇ ਤੁਹਾਨੂੰ, ਇਹ ਹਰੇਕ ਵਰਗ ਦੀ ਕਹਾਣੀ ਹੈ, ਕਿਉਂਕਿ ਹਰੇਕ ਵਰਗ ਹੀ ਜਿਹੜਾ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ, ਹਰ ਇੱਕ ਵਰਗ ਪਰੇਸ਼ਾਨ ਹੈ। ਸੋ ਤੁਹਾਡੇ ਕੀ ਵਿਚਾਰ ਕੀ ਨੇ ਜੀ ਇਹਨਾਂ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਗਏ ਨੇ? ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 6 ਕਰੋੜ ਤੋਂ ਵੱਧ ਮੁਲਾਜ਼ਮ ਅਤੇ ਮਜ਼ਦੂਰ ਇਕੱਠੇ ਹੋ ਕੇ, ਜੇ ਸਿੱਧੇ ਤੌਰ 'ਤੇ ਲਈਏ 25 ਕਰੋੜ, ਜੇ ਆਪਾਂ ਉਹਨਾਂ ਦੀਆਂ ਫੈਮਲੀਆਂ ਲਾ ਲਈਏ 50 ਕਰੋੜ ਤੋਂ ਵੱਧ ਹਿੰਦੁਸਤਾਨ ਦਾ ਕਰਮਚਾਰੀ ਔਰ ਬੈਂਕ ਕਰਮਚਾਰੀ ਔਰ ਸਾਰੇ ਮਿਲ ਕੇ ਅੱਜ ਇੱਕ ਦਿਨ ਦੀ ਹੜਤਾਲ ਕਰ ਰਹੇ ਨੇ, ਜਿੱਥੇ ਹਰ ਅਦਾਰੇ ਦੀਆਂ ਆਪਣੀਆਂ ਆਪਣੀਆਂ ਮੰਗਾਂ ਨੇ, ਮੁਲਾਜ਼ਮਾਂ ਦੀਆਂ ਆਪਣੀਆਂ ਮੰਗਾਂ ਨੇ, ਮਜ਼ਦੂਰਾਂ ਦੀਆਂ ਆਪਣੀਆਂ ਮੰਗਾਂ ਨੇ, ਕਿਸਾਨਾਂ ਦੇ ਆਪਣੇ ਜੋ 3 ਕਾਲੇ ਕਾਨੂੰਨ ਨੇ, ਉਸ ਲਈ ਕਿਸਾਨ ਕਿੰਨੀ ਦੇਰ ਤੋਂ ਲੰਬਾ ਸੰਘਰਸ਼ ਕਰ ਰਹੇ ਨੇ। ਇਹਨਾਂ ਸਾਰੀਆਂ ਮੰਗਾਂ ਨੂੰ ਜੋੜ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵੱਡਾ ਇਕੱਠ, ਜਿਹੜੀਆਂ 10 ਟ੍ਰੇਡ ਯੂਨੀਅਨ ਨੇ, ਜਿਹੜੀਆਂ ਸੈਂਟਰ ਦੀਆਂ ਟ੍ਰੇਡ ਯੂਨੀਅਨ ਨੇ, ਉਹਨਾਂ ਨੇ ਪ੍ਰੋਗਰਾਮ ਲਿਖਿਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਮਜ਼ਦੂਰ ਅਤੇ ਮੁਲਾਜ਼ਮ ਇਕੱਠੇ ਹੋ ਕੇ ਇੱਕ ਦਿਨ ਦੀ ਹੜਤਾਲ ਕਰੀਏ। ਅਸੀਂ ਬੈਂਕ ਕਰਮਚਾਰੀ ਵੀ, ਜੋ ਸਾਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਜਥੇਬੰਦੀ ਆਲ ਇੰਡੀਆ ਬੈਂਕ ਇੰਪਲਾਈ ਐਸੋਸੀਏਸ਼ਨ, ਜਿਸ ਦੀ 5 ਲੱਖ ਤੋਂ ਵੱਧ ਮੈਂਬਰਸ਼ਿਪ ਆ ਪੂਰੇ ਹਿੰਦੁਸਤਾਨ ਦੇ ਵਿੱਚ, ਅੱਜ 5 ਲੱਖ ਬੈਂਕ ਕਰਮਚਾਰੀ ਇੱਕ ਦਿਨ ਦੀ ਹੜਤਾਲ ਦੇ ਉੱਤੇ ਆ, ਇਹਨਾਂ ਸਾਰੇ ਮੁੱਦਿਆਂ ਦੀ ਸਪੋਰਟ ਕਰਦਾ। ਜਿੱਥੇ ਇਹਨਾਂ ਮੁੱਦਿਆਂ ਦੀ ਸਪੋਰਟ ਕਰਦਾ ਉੱਥੇ ਬੈਂਕ ਕਰਮਚਾਰੀ ਦੇ ਆਪਣੇ ਮੁੱਦੇ ਨੇ, ਸਾਡੇ ਮੁੱਦੇ ਨਹੀਂ, ਆਮ ਲੋਕਾਂ ਦੇ ਨਾਲ ਜੁੜੇ ਹੋਏ, ਜਿਵੇਂ ਸੇਵਿੰਗ ਦਾ ਇੰਟਰਸਟ, ਜੋ ਸੇਵਿੰਗ ਦਾ ਵਿਆਜ ਆ, ਜੋ ਆਮ ਲੋਕਾਂ ਨੂੰ ਪਹਿਲਾਂ 5% ਮਿਲਦਾ ਸੀ, ਹੁਣ 2.75 ਕਰ ਦਿੱਤਾ। ਅਸੀਂ ਇਹ ਡਿਮਾਂਡ ਕਰ ਰਹੇ ਹਾਂ ਅੱਜ ਇਸ ਮੌਕੇ ਦੇ ਉੱਤੇ, ਜੋ ਸੇਵਿੰਗ ਦਾ ਵਿਆਜ ਆ ਇਸ ਨੂੰ ਵਧਾਇਆ ਜਾਵੇ, ਕਿਉਂਕਿ ਆਮ ਗਰੀਬ ਲੋਕਾਂ ਦੀ ਸੇਵਿੰਗ ਆ ਜਿਹੜੀ ਬੈਂਕਾਂ ਦੇ ਵਿੱਚ ਪਈ ਆ, ਜੋ ਬੈਂਕਾਂ ਦਾ ਕਰਜ਼ਾ ਸਰਕਾਰ ਜਾਣ ਬੁੱਝ ਕੇ ਵਾਪਸ ਨਹੀਂ ਕਰਾ ਰਹੀ, 12 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਆਮ ਲੋਕਾਂ ਦੀ ਸੇਵਿੰਗ ਜਿਹੜੀ ਆ ਬੈਂਕਾਂ ਦੀ ਡੁੱਬੀ ਹੋਈ ਆ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕ੍ਰਿਮੀਨਲ ਕਾਨੂੰਨ ਬਣਾ ਕੇ ਉਹ ਕਰਜ਼ਾ ਜਿਹੜਾ ਸਾਨੂੰ ਵਾਪਸ ਦਿੱਤੀ ਸੀ। ਇਸੇ ਤਰੀਕੇ ਨਾਲ ਓਲਡ ਪੈਨਸ਼ਨ ਸਕੀਮ, ਜਿਹੜੀ ਇੱਕ ਸੋਸ਼ਲ ਸਿਕਿਉਰਿਟੀ ਸੀ ਜਿਸ ਨੂੰ ਸਰਕਾਰ ਨੇ ਬੰਦ ਕਰ ਦਿੱਤਾ, ਇਸ ਸੋਸ਼ਲ ਸਿਕਿਉਰਿਟੀ ਨੂੰ ਦੁਬਾਰਾ ਬਹਾਲ ਕਰਕੇ ਓਲਡ ਪੈਨਸ਼ਨ, ਨਵੀਂ ਪੈਨਸ਼ਨ ਸਕੀਮ ਦੀ ਜਗ੍ਹਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਹਿੰਦੁਸਤਾਨ ਦੇ ਵਿੱਚ ਹੜਤਾਲ 'ਤੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ। ਔਰ ਪਹਿਲਾਂ ਵੀ ਖਬਰਾਂ ਸੁਣਨ ਨੂੰ ਮਿਲੀ ਸੀ ਕਿ ਜਿਹੜੀ ਹੈ ਬੈਂਕ ਮਰਜ ਕਰ ਦਿੱਤੇ ਗਏ ਸੀਗੇ ਕਾਰਪੋਰੇਟ ਘਰਾਣਿਆਂ ਦੇ,
ਦੇ ਲਈ ਵੀ ਜਿਹੜੀ ਆ ਬੋਲੀਆਂ ਲੱਗਣੀਆਂ ਸਟਾਰਟ ਹੋਣੀਆਂ ਸ਼ੁਰੂ ਹੋ ਗਈਆਂ ਸੀ। ਬੈਂਕ ਆਫ ਇੰਡੀਆ ਅਤੇ ਇੰਡੀਅਨ ਓਵਰਸੀਜ਼ ਬੈਂਕ ਦੇ ਵੱਲੋਂ ਵੀ ਅਖਬਾਰ ਦੇ ਵਿੱਚ ਛਪਿਆ ਸੀਗਾ ਕਿ ਉਹਨਾਂ ਨੂੰ ਮਰਜ਼ ਕੀਤਾ ਜਾ ਸਕਦਾ ਹੈ। ਜਿਹੜਾ ਮਰਜ਼ ਕੀਤਾ ਜਾ ਰਿਹਾ ਉਸ 'ਤੇ ਤੁਹਾਡੇ ਕੀ ਵਿਚਾਰ ਨੇ ਜੋ ਮੋਦੀ ਸਰਕਾਰ ਕਰ ਰਹੀ ਹੈ? ਜਿਹੜੀ ਮਰਜ਼ ਨਹੀਂ ਬੇਸਿਕਲੀ ਮਰਡਰ ਆ, ਕਿਉਂਕਿ ਮੋਦੀ ਸਰਕਾਰ ਜੋ ਪਬਲਿਕ ਸੈਕਟਰ ਬੈਂਕ ਨੇ ਜੋ ਕਿ ਆਮ ਲੋਕਾਂ ਦੇ ਲਈ ਨੇ। ਅੱਜ ਇੱਕ ਬੰਦੇ ਨਾਲ ਮੇਰੀ ਸਵੇਰੇ ਗੱਲ ਹੋਈ, ਉਹ HDFC ਬੈਂਕ ਦੀ ਗੱਲ ਕਰੇ। ਮੈਂ ਕਿਹਾ HDFC ਬੈਂਕ ਨੇ ਕਿਹੜੇ ਬੈਂਕ ਨੇ? ਅੱਜ HDFC ਬੈਂਕ ਨੇ ਜਨਤਨ ਖਾਤਾ ਖੋਲ੍ਹਿਆ। ਕਿਹੜਾ ਪ੍ਰਾਈਵੇਟ ਬੈਂਕ ਲੋਕਾਂ ਨੂੰ ਜੋ ਬੁਢਾਪਾ ਪੈਨਸ਼ਨ ਦੇ ਰਿਹਾ, ਜਿਹੜਾ ਕਿਹੜਾ ਬੰਦਾ ਦੂਜਿਆਂ ਨੂੰ ਦੇ ਰਿਹਾ? ਇਹ ਸਿਰਫ ਪਬਲਿਕ ਸੈਕਟਰ ਬੈਂਕ ਆ ਜਿਹੜੇ ਆਮ ਲੋਕਾਂ ਲਈ ਨੇ, ਆਮ ਲੋਕਾਂ ਦਾ ਖਾਤਾ ਖੁੱਲ੍ਹਾ। ਇਸ ਕਰਕੇ ਪਬਲਿਕ ਸੈਕਟਰ ਨੂੰ ਖਤਮ ਕਰਨਾ ਚਾਹੁੰਦੇ ਨੇ, ਪ੍ਰਾਈਵੇਟ ਬੈਂਕਾਂ ਨੂੰ ਜਿਹੜੇ ਬੈਂਕ ਨੇ ਦੇਣਾ ਚਾਹੁੰਦੇ ਨੇ। ਅਸੀਂ ਉਸਦੇ ਖਿਲਾਫ਼ ਇਕੱਲਿਆਂ ਤੌਰ 'ਤੇ ਵੀ ਆਪਣਾ ਸੰਘਰਸ਼ ਜਿਹੜਾ ਦਿੱਤਾਗੇ। ਬਹੁਤ ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਜਿਹੜੀਆਂ ਭਾਰਤ ਨਗਰ ਚੌਂਕ ਦੀਆਂ ਨੇ, ਜਿੱਥੇ ਮਜ਼ਦੂਰ ਇੱਕ ਪਾਸੇ ਲੱਗੇ ਹੋਏ ਨੇ ਆਪਣੇ ਪ੍ਰਦਰਸ਼ਨ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ਼, ਦੂਜੇ ਪਾਸੇ ਬੈਂਕ ਮੁਲਾਜ਼ਮ ਵੀ ਜਿਹੜੇ ਮੌਜੂਦ ਨੇ, ਔਰ 5 ਲੱਖ ਦੇ ਕਰੀਬ ਜਿਹੜੇ ਆ ਪੂਰੇ ਭਾਰਤ ਦੇਸ਼ ਦੇ ਵਿੱਚੋਂ ਬੈਂਕ ਮੁਲਾਜ਼ਮਾਂ ਦੇ ਵੱਲੋਂ ਵੀ ਹੜਤਾਲ ਜਾਰੀ ਹੈ, ਔਰ ਇਹਨਾਂ ਦੀਆਂ ਮੰਗਾਂ ਜਿਹੜੀਆਂ ਨੇ, ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਜਿਹੜੀ ਹੈ ਮਰਜ਼ ਕਰ ਰਹੀ ਹੈ ਬੈਂਕਾਂ ਨੂੰ, ਜੋ ਕਿ ਇੱਕ ਕਾਂਡ ਹੈ। ਸੋ ਇਸ ਕਰਕੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਮੁਲਾਜ਼ਮਾਂ ਦੇ ਲਈ ਜੋ ਇਹਨਾਂ ਦੀ ਸਕੀਮ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ, ਔਰ ਜ਼ਰੂਰ ਧਿਆਨ ਦਿੱਤਾ ਜਾਵੇ ਇਹਨਾਂ ਮੰਗਾਂ ਦੇ ਵੱਲ, ਅਤੇ ਮੰਗਾਂ ਨਹੀਂ ਮੰਨੀਆਂ ਜਾਣ। ਸੋ ਵਧੇਰੀ ਅਪਡੇਟ ਸੀ, ਜੁੜੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸੁਨੀਤ ਮਥਾੜੂ ਦੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਬਲਿਕ ਟਾਈਮਸ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।